वाहे गुरु जी का खालसा वाहे गुरु जी की फतेह। अनमोल विचार चैनल विच तुहाडा स्वागत है। सब तो पहला अपने चैनल नूं सबसक्राइब कर लो ते जेकर वीडियो वधिया लगेगी ते इस नूं लाइक ते शेयर जरूर कर देना। अपनी अज दी वीडियो उन्हां दे लई आ जो अक्सर कहिंदे रहिंदे आ कि साडी तां किस्मत ही खराब आ, साडी किस्मत माड़ी आ। तां अज दी वीडियो दे विच इसे विषय ते गल करांगे कि अपनी माड़ी किस्मत नूं किंज चंगा कीता जा सकदा है, भाव कि किस तरह आपां अपनी जिंदगी दे दुखां नूं सुखां विच बदल सकदे आ। तां इस दे लई सारिआं दे अगे हाथ जोड़ के बेनती आ कि वीडियो नूं अंत तक अते ध्यान नाल सुनना ते फिर अपने अंदर झात मार के देखना कि पाठ करदिआं होइआं वी जेकर असीं दुखी अते निराश हाँ ਤਾਂ ਸਾਡੇ ਕੋਲੋਂ ਕਿੱਥੇ ਗਲਤੀ ਹੋ ਰਹੀ ਆ, ਕਿਉਂਕਿ ਜੋ ਪਾਠ ਕਰਦੇ ਨੇ ਜੋ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਜੁੜੇ ਹੋਏ ਨੇ, ਪਾਤਸ਼ਾਹ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਨੇ, ਮੇਰੇ ਪਾਤਸ਼ਾਹ ਉਹਨਾਂ ਦੇ ਹਰ ਵੇਲੇ ਅੰਗ ਸੰਗ ਹੋ ਕੇ ਸਹਾਈ ਹੁੰਦੇ ਨੇ, ਉਹਨਾਂ ਦੇ ਉੱਤੇ ਕੋਈ ਵੀ ਦੁੱਖ ਮੁਸੀਬਤ ਚਿੰਤਾ ਆਉਂਦੀ ਆ ਤਾਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਅੱਗੇ ਢਾਲ ਬਣ ਕੇ ਖੜ ਜਾਂਦੇ ਨੇ, ਆਪਣੇ ਪਿਆਰੇ ਨੂੰ ਹਰ ਸੰਕਟ ਹਰ ਔਖੀ ਘੜੀ ਤੋਂ ਬਚਾਉਂਦੇ ਨੇ ਅਤੇ ਉਸ ਔਖੀ ਘੜੀ ਦੇ ਵਿੱਚ ਲੜਨ ਦੀ ਹਿੰਮਤ ਅਤੇ ਤਾਕਤ ਬਖਸ਼ਦੇ ਨੇ। ਤਾਂ ਫਿਰ ਸਾਡੇ ਕੋਲੋਂ ਕਿਹੜੀ ਗਲਤੀ ਹੋ ਰਹੀ ਆ ਕਿ ਜਿਸ ਕਾਰਨ ਅਸੀਂ ਦੁਖੀ ਅਤੇ ਨਿਰਾਸ਼ ਹਾਂ। ਤਾਂ ਦੇਖੋ ਜੀ, ਆਪਾਂ ਮਾੜੀ ਕਿਸਮਤ ਕਿੰਨੇ ਕਿਸ ਨੂੰ ਆ। ਜੇ ਕਿਸੇ ਦੇ ਨਾਲ ਕੋਈ ਮਾੜੀ ਦੁਰਘਟਨਾ ਹੋ ਜਾਵੇ, ਜੇ ਉਹ ਦੁਰਘਟਨਾ ਇੱਕ ਤੋਂ ਦੂਜੀ ਵਾਰ ਹੋ ਜਾਵੇ ਤਾਂ ਆਪਾਂ ਕਹਿੰਦੇ ਆ ਕਿ ਮੇਰੀ ਤਾਂ ਕਿਸਮਤ ਹੀ ਮਾੜੀ ਆ, ਮੇਰੇ ਨਾਲ ਹੀ ਵਾਰ ਵਾਰ ਇੰਜ ਹੁੰਦਾ ਹੈ। ਜੇ ਕਿਸੇ ਰਿਸ਼ਤੇਦਾਰ ਵੱਲੋਂ ਕਿਸੇ ਆਪਣੇ ਵੱਲੋਂ ਆਪਣੀ ਜ਼ਿੰਦਗੀ ਦੇ ਵਿੱਚ ਧੋਖਾ ਮਿਲ ਜਾਵੇ, ਆਪਣੇ ਕਾਰੋਬਾਰ ਵਿੱਚ ਘਾਟਾ ਪੈ ਜਾਵੇ ਜਾਂ ਸਾਡੇ ਸਰੀਰ ਨੂੰ ਕੋਈ ਦੁੱਖ ਰੋਗ ਲੱਗ ਜਾਵੇ ਤਾਂ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੀ ਕਿਸਮਤ ਦੇ ਨਾਲ ਜੋੜ ਦਿੰਨੇ ਆ ਅਤੇ ਕਹਿੰਨੇ ਆ ਕਿ ਸਾਡੀ ਤਾਂ ਕਿਸਮਤ ਹੀ ਖਰਾਬ ਆ। ਜਿਵੇਂ ਕਈ ਵਾਰ ਸਾਨੂੰ ਕੋਈ ਦੁੱਖ ਰੋਗ ਨਿਕਲ ਆਵੇ ਨਾ ਤਾਂ ਕਈ ਲੋਕ ਝੱਟ ਹੀ ਕਹਿਣਗੇ ਕਿ ਆ ਫਲਾਣਾ ਵੀ ਤਾਂ ਮੇਰੀ ਉਮਰ ਦਾ ਹੀ ਆ, ਚੰਗਾ ਭਲਾ ਹੈ, ਘੋੜੇ ਵਰਗਾ ਫਿਰਦਾ ਹੈ, ਪਤਾ ਨੀ ਰੱਬ ਦੀ ਮੇਰੇ ਨਾਲ ਕੀ ਦੁਸ਼ਮਣੀ ਆ, ਸਾਰੇ ਦੁੱਖ ਰੋਗ ਮੈਨੂੰ ਹੀ ਚੰਬੜੇ ਆ। ਜੇ ਕਿਸੇ ਦਾ ਬਾਹਰ ਦਾ ਵੀਜ਼ਾ ਰਿਜੈਕਟ ਹੋ ਗਿਆ, ਆਈਲੈਟਸ ਦੇ ਵਿੱਚ ਬੈਨ ਘੱਟ ਆ ਗਏ ਤਾਂ ਵੀ ਕਹਿਣਾ ਕਿ ਮੇਰੀ ਮਾੜੀ ਕਿਸਮਤ, ਤੇ ਕੁਝ ਹੱਦ ਤੱਕ ਸੱਚ ਵੀ ਆ। ਕਈ ਵਾਰ ਸੱਚਮੁੱਚ ਕਈ ਲੋਕਾਂ ਦੀ ਕਿਸਮਤ ਬਹੁਤ ਸਾਥ ਦਿੰਦੀ ਆ। ਆਪਾਂ ਦੇਖਦੇ ਆ ਕਿ ਜਿਨ੍ਹਾਂ ਨੂੰ ਆਪਾਂ ਨਲਾਇਕ ਜੇ ਸਮਝਦੇ ਆ ਅਤੇ ਉਹਨਾਂ ਨੂੰ ਖੁਦ ਨੂੰ ਵੀ ਪਤਾ ਹੁੰਦਾ ਹੈ ਕਿ ਮੈਂ ਕਿੰਨੇ ਕੁ ਪਾਣੀ ਵਿੱਚ ਆ, ਪਰ ਫੇਰ ਵੀ ਮਾਲਕ ਉਹਨਾਂ ਦੀ ਸੁਣ ਲੈਂਦਾ ਹੈ, ਉਹਨਾਂ ਦਾ ਕੋਈ ਨਾ ਕੋਈ ਤੁੱਕਾ ਚੱਲ ਜਾਂਦਾ ਹੈ ਕਿ ਉਹਨਾਂ ਦੇ ਕੁਝ ਹੀ ਦਿਨਾਂ ਦੇ ਵਿੱਚ ਸਾਰੇ ਕੰਮ ਨੇਪਰੇ ਚੜ ਜਾਂਦੇ ਨੇ। ਇੰਜ ਲੱਗਦਾ ਕਿ ਜਿਸ ਤਰ੍ਹਾਂ ਕੋਈ ਤਾਕਤ ਕੋਈ ਸ਼ਕਤੀ ਉਹਨਾਂ ਦਾ ਕੰਮ ਕਰ ਰਹੀ ਹੋਵੇ। ਕਹਿਣ ਤੋਂ ਭਾਵ ਕਿ ਕਈਆਂ ਦੇ ਤਾਂ ਤੀਰ ਵੀ ਨਹੀਂ ਚੱਲਦੇ ਤੇ ਕਈਆਂ ਦੇ ਤੁੱਕੇ ਵੀ ਚੱਲ ਜਾਂਦੇ ਆ, ਪਰ ਇੱਕ ਗੱਲ ਜ਼ਰੂਰ ਆ ਕਿ ਕਿਸਮਤ ਸਾਥ ਉਹਨਾਂ ਦੀ ਹੀ ਦਿੰਦੀ ਆ ਜੋ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਜੁੜੇ ਹੁੰਦੇ ਆ, ਜਿਨ੍ਹਾਂ ਉੱਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਮਿਹਰਬਾਨ ਹੁੰਦੇ ਆ। ਤੇ ਇੱਥੇ ਕਈ ਮੇਰੇ ਵੀਰ ਭੈਣਾਂ ਕਹਿੰਦੇ ਨੇ ਕਿ ਅਸੀਂ ਤਾਂ ਇੰਨਾ ਪਾਠ ਕਰਦੇ ਆ, ਇੰਨਾ ਨਾਮ ਜਪਦੇ ਆ, ਪਰ ਫੇਰ ਵੀ ਸਾਡੇ ਉੱਤੇ ਇੰਨੇ ਦੁੱਖ ਆਉਂਦੇ ਨੇ। ਤਾਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਮਿਹਰਬਾਨ ਸਾਡੇ ਜ਼ਿਆਦਾ ਪਾਠ ਕਰਨ ਨਾਲ, ਜ਼ਿਆਦਾ ਨਾਮ ਜਪਣ ਨਾਲ ਨਹੀਂ ਹੁੰਦੇ, ਉਹ ਪੜੀ ਹੋਈ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ, ਆਪਣੇ ਕਰਮਾਂ ਵਿੱਚ ਵੀ ਵਸਾਉਣਾ ਪੈਂਦਾ ਹੈ। ਇਹ ਨਹੀਂ ਕਿ ਆਪਾਂ ਰੱਟੇ ਦੇ ਨਾਲ ਪਾਠ ਕਰੀ ਜਾਈਏ ਤੇ ਜੋ ਸਾਡੇ ਪਾਤਸ਼ਾਹ ਨੇ ਸਾਨੂੰ ਕਰਨ ਵਾਸਤੇ ਕਿਹਾ ਹੈ ਉਹ ਅਸੀਂ ਕਰੀਏ ਨਾ। ਮੇਰੇ ਪਾਤਸ਼ਾਹ ਉਹਨਾਂ ਉੱਤੇ ਮਿਹਰਬਾਨ ਹੁੰਦੇ ਨੇ ਜੋ ਮੇਰੇ ਪਾਤਸ਼ਾਹ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਦੇ ਆ, ਜਿਨ੍ਹਾਂ ਦਾ ਸੁਭਾਅ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਰਲਦਾ ਹੈ, ਭਾਵ ਕਿ ਜਿਨ੍ਹਾਂ ਦੇ ਅੰਦਰ ਦਇਆ ਦੀ ਤਰਸ ਦੀ ਭਾਵਨਾ ਹੁੰਦੀ ਆ, ਜਿਨ੍ਹਾਂ ਦੇ ਅੰਦਰ ਨਿਮਰਤਾ ਦੀ ਭਾਵਨਾ ਹੋਵੇ ਅਤੇ ਇਹਨਾਂ ਭਾਵਨਾਵਾਂ ਕਰਕੇ ਉਹ ਇਨਸਾਨ ਹਮੇਸ਼ਾ ਸਰਬੱਤ ਦਾ ਭਲਾ ਸੋਚਦਾ ਹੋਵੇ ਅਤੇ ਸਰਬੱਤ ਦਾ ਭਲਾ ਕਰਦਾ ਹੋਵੇ। ਅਤੇ ਸਰਬੱਤ ਦੇ ਵਿੱਚ ਸਾਰੇ ਆ ਜਾਂਦੇ ਆ, ਸਰਬੱਤ ਦੇ ਵਿੱਚ ਕੋਈ ਆਪਣਾ ਕੋਈ ਬੇਗਾਨਾ ਨਹੀਂ ਹੁੰਦਾ। ਜਿਸ ਤਰ੍ਹਾਂ ਕਈ ਲੋਕ ਭਲਾ ਜ਼ਰੂਰ ਕਰਦੇ ਨੇ ਪਰ ਇਹ ਦੇਖ ਕੇ ਕਰਦੇ ਨੇ ਕਿ ਮੈਂ ਕਿਸ ਦਾ ਭਲਾ ਕਰਨਾ ਹੈ ਅਤੇ ਕਿਸ ਦਾ ਨਹੀਂ, ਪਰ ਜੋ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਨੇ ਉਹਨਾਂ ਦੇ ਲਈ ਨਾ ਕੋਈ ਵੈਰੀ ਨਾ ਕੋਈ ਬੇਗਾਨਾ, ਉਹਨਾਂ ਲਈ ਸਭ ਬਰਾਬਰ ਨੇ, ਉਹਨਾਂ ਨੂੰ ਸਭ ਦੇ ਉੱਤੇ ਤਰਸ ਆਉਂਦਾ ਹੈ, ਉਹਨਾਂ ਨੂੰ ਤਾਂ ਉਹਨਾਂ ਉੱਤੇ ਵੀ ਤਰਸ ਅਤੇ ਦਇਆ ਆਉਂਦੀ ਹੈ ਜੋ ਹਰ ਵੇਲੇ ਉਹਨਾਂ ਦਾ ਮਾੜਾ ਸੋਚਦੇ ਨੇ। ਇਸੇ ਕਰਕੇ ਮੇਰੇ ਪਾਤਸ਼ਾਹ ਨੂੰ ਉਹ ਸਿੱਖ ਪਿਆਰੇ ਹੁੰਦੇ ਨੇ ਜਿਨ੍ਹਾਂ ਦੀ ਨੀਅਤ ਸਾਫ਼ ਹੁੰਦੀ ਆ, ਜਿਨ੍ਹਾਂ ਦੀ ਨੀਅਤ ਸਾਫ਼ ਆ ਉਹਨਾਂ ਨੂੰ ਆਪਣੇ ਕੰਮਾਂ ਦੀ ਫਿਕਰ ਕਰਨ ਦੀ ਲੋੜ ਨਹੀਂ ਪੈਂਦੀ, ਉਹਨਾਂ ਦੇ ਸਾਰੇ ਕਾਰਜ ਹੀ ਮੇਰੇ ਗੁਰੂ ਨਾਨਕ ਪਾਤਸ਼ਾਹ ਆਪ ਰਾਸ ਕਰਦੇ ਆ। ਤਾਂ ਫਿਰ ਇਸ ਦਾ ਮਤਲਬ ਕਿ ਚੰਗੀ ਕਿਸਮਤ ਦੇ ਲਈ ਮੇਰੇ ਪਾਤਸ਼ਾਹ ਦਾ ਮਿਹਰਬਾਨ ਹੋਣਾ ਜ਼ਰੂਰੀ ਆ।
ਆ ਤੇ ਮੇਰੇ ਗੁਰੂ ਨਾਨਕ ਪਾਸ਼ਾ ਆਪਣੇ ਵਰਗੇ ਮਨੁੱਖਾਂ ਤੇ ਹੀ ਮਿਹਰਬਾਨ ਹੁੰਦੇ ਆ ਭਾਵ ਕਿ ਜਿਨ੍ਹਾਂ ਮਨੁੱਖਾਂ ਦਾ ਸੁਭਾਅ ਮੇਰੇ ਗੁਰੂ ਨਾਨਕ ਪਾਸ਼ਾ ਜੀ ਦੇ ਨਾਲ ਮਿਲਦਾ ਹੈ ਜਿਸ ਤਰ੍ਹਾਂ ਜਿਨ੍ਹਾਂ ਦੇ ਵਿੱਚ ਦਿਆਲਤਾ ਹੈ ਭਾਵ ਕਿ ਜੋ ਦਿਆਲੂ ਹੁੰਦੇ ਨੇ ਕਿਰਪਾਲੂ ਹੁੰਦੇ ਨੇ ਮੇਰੇ ਪਾਸ਼ਾ ਉਹਨਾਂ ਤੇ ਹੀ ਖੁਸ਼ ਹੁੰਦੇ ਨੇ ਇਸ ਕਰਕੇ ਪਾਠ ਕਰਨ ਦੇ ਨਾਲ ਨਾਲ ਸਾਨੂੰ ਆਪਣੇ ਕਰਮਾਂ ਵਿੱਚ ਵੀ ਗੁਰੂ ਨਾਨਕ ਪਾਸ਼ਾ ਦੇ ਸਿਧਾਂਤਾਂ ਨੂੰ ਲਿਆਉਣਾ ਪੈਣਾ ਹੈ ਆਪਾਂ ਨੂੰ ਉਹ ਸੋਚ ਅਪਣਾਉਣੀ ਪੈਣੀ ਆ जो मेरे गुरु नानक पातशाह ने दसी आ उस मत नु अपनाउणा पैणा है भाव कि सब नु इक्को नजर नाल देखना पैणा है साडे कीते होए कम्मां दे विच साडे बोलां दे विच गुरु नानक पातशाह जी दे दसे होए वचन झलकणे चाहीदे आ तां जाके पातशाह मेहरबान हुंदे आ ਤਾਂ ਦੇਖਣਾ ਜਿਸ ਦਿਨ ਵੀ ਆਪਾਂ ਆਪਣੇ ਅੰਦਰ ਆ ਵਿਸ਼ੇ ਵਿਕਾਰਾਂ ਨੂੰ ਤਿਆਗ ਦਿੱਤਾ ਭਾਵ ਕਿ ਈਰਖਾ ਹੰਕਾਰ ਨੂੰ ਮਨ ਵਿੱਚੋਂ ਕੱਢ ਦਿੱਤਾ ਆਪਣੇ ਮਨ ਦੇ ਵਿੱਚ ਦਿਆਲਤਾ ਅਤੇ ਨਿਮਰਤਾ ਲੈ ਆਂਦੀ ਤਾਂ ਸਾਡੇ ਵੀ ਸਾਰੇ ਕਾਰਜ ਰਾਸ ਹੋਣੇ ਸ਼ੁਰੂ ਹੋ ਜਾਣਗੇ ਅਤੇ ਜੋ ਕਹਿੰਦੇ ਆ ਕਿ ਸਾਡੀ ਤਾਂ ਮਾੜੀ ਕਿਸਮਤ ਆ ਸਾਡੇ ਕਾਰਜ ਰਾਸ ਹੁੰਦੇ ਹੀ ਨਹੀਂ ਸਾਡੇ ਤਾਂ ਕਰਮ ਹੀ ਮਾੜੇ ਲਿਖੇ ਆ ਤਾਂ ਉਹਨਾਂ ਮਾੜੇ ਕਰਮਾਂ ਨੂੰ ਠੀਕ ਕਰਨ ਦੀ ਇੱਕੋ ਹੀ ਯੁਕਤੀ ਆ ਇੱਕੋ ਹੀ ਤਰੀਕਾ ਹੈ ਉਹ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਨੂੰ ਕਮਾਉਣਾ ਭਾਵ ਕਿ ਬਾਣੀ ਪੜ੍ਹਨੀ ਵੀ ਆ ਅਤੇ ਬਾਣੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਵੀ ਆ ਇਹ ਨਹੀਂ ਕਿ ਸਿਰਫ ਰੱਟੇ ਦੇ ਨਾਲ ਪਾਠ ਕਰਦੇ ਗਏ ਅਤੇ ਪਾਠ ਕਰਕੇ ਉੱਠਦਿਆਂ ਸਾਰ ਹੀ ਲਾਲਾ ਲਾਲਾ ਸ਼ੁਰੂ ਕਰ ਦਿੱਤੀ ਕਦੇ ਕਿਸੇ ਨਾਲ ਲੜ ਕਦੀ ਕਿਸੇ ਨਾਲ ਲੜ ਕਿਸੇ ਨੂੰ ਚੰਗਾ ਮੰਦਾ ਕਹਿਣਾ ਕਿਸੇ ਦਾ ਚੰਗਾ ਹੁੰਦਾ ਵੇਖ ਕੇ ਆਪਣੇ ਮਨ ਵਿੱਚ ਉਬਾਲੇ ਆਉਣ ਲੱਗ ਜਾਣੇ ਇੰਜ ਮੇਰੇ ਪਾਤਸ਼ਾਹ ਮਿਹਰਬਾਨ ਨਹੀਂ ਹੁੰਦੇ ਜੇ ਬਾਣੀ ਪੜ੍ਹਦੇ ਹੋ ਤਾਂ ਬਾਣੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਵੀ ਜ਼ਰੂਰੀ ਆ ਇਸ ਕਰਕੇ ਆਪਣੇ ਮਨ ਵਿੱਚੋਂ ਈਰਖਾ ਹੰਕਾਰ ਨੂੰ ਤਿਆਗ ਕੇ ਦਇਆ ਤੇ ਨਿਮਰਤਾ ਦੀ ਭਾਵਨਾ ਲੈ ਕੇ ਆਉਣੀ ਪੈਣੀ ਆ ਸਰਬੱਤ ਦਾ ਭਲਾ ਸੋਚਣਾ ਪੈਣਾ ਹੈ ਅਤੇ ਸਰਬੱਤ ਦਾ ਭਲਾ ਕਰਨਾ ਪੈਣਾ ਹੈ ਮੁਕਦੀ ਗੱਲ ਆ ਕਿ ਸਾਡੀ ਨੀਅਤ ਸਾਫ਼ ਹੋਣੀ ਚਾਹੀਦੀ ਆ ਤਾਂ ਫਿਰ ਆਪਾਂ ਸਭ ਕੁਝ ਪ੍ਰਾਪਤ ਕਰ ਸਕਦੇ ਆ ਜੇ ਨੀਅਤ ਵਿੱਚ ਖੋਟ ਆ ਤਾਂ ਫਿਰ ਜਿੰਨੀ ਮਰਜ਼ੀ ਪਾਠ ਕਰ ਲਈਏ ਮੇਰੇ ਪਾਤਸ਼ਾਹ ਕਦੇ ਵੀ ਮਿਹਰਬਾਨ ਨਹੀਂ ਹੋ ਸਕਦੇ ਮਹਾਂਪੁਰਖ ਜੀ ਕਹਿੰਦੇ ਹੁੰਦੇ ਸਨ ਕਿ ਜਿਸ ਦੀ ਨੀਅਤ ਸਾਫ਼ ਹੋਵੇ ਨਾ ਉਸ ਨੂੰ ਆਪਣੇ ਕੰਮਾਂ ਦੀ ਫਿਕਰ ਕਰਨ ਦੀ ਲੋੜ ਨਹੀਂ ਪੈਂਦੀ ਉਹਨਾਂ ਦੇ ਹਰੇਕ ਕਾਰਜ ਮੇਰੇ ਗੁਰੂ ਨਾਨਕ ਪਾਤਸ਼ਾਹ ਆਪ ਆ ਕੇ ਰਾਸ ਕਰਦੇ ਨੇ ਬਾਬਾ ਜੀ ਕਹਿੰਦੇ ਹੁੰਦੇ ਸਨ ਸਭ ਕੁਝ ਭੋਲੇ ਭਾ ਮਿਲਦਾ ਹੈ ਕਦੇ ਵੀ ਚੁਸਤ ਚਲਾਕੀਆਂ ਦੇ ਨਾਲ ਕੁਝ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਜੇਕਰ ਆਪਣੀ ਚੁਸਤ ਚਲਾਕੀ ਦੇ ਨਾਲ ਕੁਝ ਪ੍ਰਾਪਤ ਕਰ ਵੀ ਲਵਾਂਗੇ ਹਾਸਲ ਕਰ ਵੀ ਲਵਾਂਗੇ ਤਾਂ ਉਹ ਚੀਜ਼ ਸਾਨੂੰ ਕਦੇ ਵੀ ਖੁਸ਼ੀ ਨਹੀਂ ਦੇ ਸਕਦੀ ਕਦੀ ਸੁੱਖ ਨਹੀਂ ਦੇ ਸਕਦੀ ਮਹਾਂਪੁਰਖ ਜੀ ਕਹਿੰਦੇ ਸਨ ਜੇ ਤੇਰੀ ਨੀਅਤ ਸਾਫ਼ ਆ ਤੇ ਤੈਨੂੰ ਥੋੜੇ ਦੇ ਵਿੱਚ ਵੀ ਖੁਸ਼ੀ ਸਕੂਨ ਮਿਲੇਗਾ ਪਰ ਜੇ ਤੇਰੀ ਨੀਅਤ ਵਿੱਚ ਖੋਟ ਆ ਜੇ ਤੂੰ ਬੇਸਬਰਾ ਹੈ ਤਾਂ ਫਿਰ ਤੂੰ ਚਾਹੇ ਜਿੱਥੇ ਮਰਜ਼ੀ ਚਲਾ ਜਾ ਦੇਸ਼ ਵਿਦੇਸ਼ ਵਿੱਚ ਚਲੇ ਜਾ ਤੇਰੀ ਕਿਸਮਤ ਦੇ ਲਿਖੇ ਹੋਏ ਦੁੱਖ ਤੇਰੇ ਨਾਲ ਹੀ ਜਾਣਗੇ ਪਰ ਜੋ ਮੇਰੇ ਵਾਹਿਗੁਰੂ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਆ ਵਾਹਿਗੁਰੂ ਜੀ ਉਹਨਾਂ ਦੇ ਉੱਤੇ ਇੰਨੇ ਮਿਹਰਬਾਨ ਹੁੰਦੇ ਨੇ ਕਿ ਜੇ ਕਿਤੇ ਉਹਨਾਂ ਦੀ ਕਿਸਮਤ ਦੇ ਵਿੱਚ ਕੋਈ ਦੁੱਖ ਰੋਗ ਲਿਖਿਆ ਵੀ ਹੁੰਦਾ ਹੈ ਮਾੜੇ ਕਰਮ ਲਿਖੇ ਵੀ ਹੁੰਦੇ ਆ ਤਾਂ ਮੇਰੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਪਿਆਰਿਆਂ ਦੇ ਮਾੜੇ ਕਰਮਾਂ ਨੂੰ ਵੀ ਚੰਗਿਆਂ ਵਿੱਚ ਬਦਲ ਦਿੰਦੇ ਨੇ ਉਹਨਾਂ ਦੇ ਹਰੇਕ ਦੁੱਖ ਸੁੱਖ ਦੇ ਵਿੱਚ ਆਪ ਆ ਕੇ ਸਹਾਈ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੁੱਖਾਂ ਦੇ ਨਾਲ ਲੜਨ ਦੀ ਹਿੰਮਤ ਵੀ ਦਿੰਦੇ ਆ ਅਤੇ ਦੁੱਖਾਂ ਵਿੱਚੋਂ ਬਾਹਰ ਵੀ ਕੱਢਦੇ ਆ ਇਸ ਕਰਕੇ ਜੇਕਰ ਆਪਾਂ ਚਾਹੁੰਦੇ ਹਾਂ ਨਾ ਕਿ ਆਪਾਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ ਪਾਤਸ਼ਾਹ ਜੀ ਸਾਡੇ ਉੱਤੇ ਵੀ ਮਿਹਰਬਾਨ ਹੋਣ ਸਾਡੇ ਉੱਤੇ ਵੀ ਮਿਹਰ ਦੀ ਨਜ਼ਰ ਪਾਉਣ ਤਾਂ ਅੱਜ ਤੋਂ ਹੀ ਬਾਣੀ ਪੜ੍ਹਨੀ ਵੀ ਆ ਤੇ ਬਾਣੀ ਦੇ ਦੱਸੇ ਹੋਏ ਮਾਰਗ ਤੇ ਵੀ ਚੱਲਣਾ ਹੈ ਆਪਣੇ ਮਨ ਦੀ ਖੋਟ ਨੂੰ ਕੱਢ ਦੇਣਾ ਹੈ ਕਦੀ ਵੀ ਕਿਸੇ ਦੇ ਨਾਲ ਈਰਖਾ ਹੰਕਾਰ ਨਹੀਂ ਕਰਨਾ ਆਪਣਾ ਮਨ ਸਾਫ਼ ਰੱਖੋ ਕਿਉਂਕਿ ਕਹਿੰਦੇ ਨੇ ਨਾ ਕਿ ਨੀਤ ਨੂੰ ਹੀ ਮੁਰਾਦ ਮਿਲਦੀ ਹੈ ਜਿਸ ਦੀ ਨੀਅਤ ਸਾਫ਼ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਉਸ ਦੀਆਂ ਝੋਲੀਆਂ ਆਪ ਆ ਕੇ ਭਰਦੇ ਨੇ ਇਸ ਕਰਕੇ ਕਦੇ ਵੀ ਕਿਸੇ ਦਾ ਮਾੜਾ ਨਾ ਸੋਚਣਾ ਹੈ ਨਾ ਕਰਨਾ ਹੈ ਚਾਹੇ ਲੱਖ ਤੁਹਾਡਾ ਕੋਈ ਮਾੜਾ ਸੋਚੀ ਜਾਵੇ ਬੁਰਾ ਸੋਚੀ ਜਾਵੇ ਪਰ ਤੁਸੀਂ ਕਿਸੇ ਦਾ ਮਾੜਾ ਨਹੀਂ ਸੋਚਣਾ ਤਾਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਹਰ ਵੇਲੇ ਤੁਹਾਡੇ ਅੰਗ ਸੰਗ ਰਹਿਣਗੇ ਤੁਹਾਡੇ ਲਿਖੇ ਹੋਏ ਮਾੜੇ ਲੇਖਾਂ ਨੂੰ ਵੀ ਚੰਗਿਆਂ ਵਿੱਚ ਬਦਲ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।